ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉੱਥੇ ਤਾਂ ਅਸੀਂ ਰੁਝਾਨ ਦੇਖਦੇ ਹੀ ਹਾਂ, ਬਹੁਤ ਜ਼ਿਆਦਾ ਸਟੂਡੈਂਟਸ ਦਾ ਵੇਖਣ ਨੂੰ ਮਿਲਦਾ, ਪਰ ਜਦ ਅਸੀਂ ਹੁਣ ਗੱਲ ਸਪੈਸ਼ਲੀ ਨਰਸਿੰਗ ਵਾਲਿਆਂ ਦੀ ਕਰੀਏ ਤਾਂ ਇੱਥੇ ਵੀ ਜਿਹਨਾਂ ਯੂਨੀਵਰਸਿਟੀਜ਼ ਵਿੱਚ ਸੀਟਾਂ ਖੁੱਲਦੀਆਂ ਖੁੱਲਦੇ ਸਾਰ ਹੀ ਭਰ ਜਾਂਦੀਆਂ ਨੇ, ਆਖਿਰ ਅਜਿਹਾ ਕਿਉਂ ਹੈ ਅਤੇ ਹਾਲੇ ਵੀ ਕੀ ਕੁਛ ਯੂਨੀਵਰਸਿਟੀਜ਼ ਵਿੱਚ ਸੀਟਾਂ ਬਾਕੀ ਨੇ, ਕਿੰਨੀਆਂ ਕੁ ਸੀਟਾਂ ਬਾਕੀ ਨੇ ਔਰ ਆਖਿਰ ਰੀਜ਼ਨ ਕੀ ਹੈ ਕਿ ਇੰਨੀਆਂ ਜਲਦੀ ਜੋ ਹੈ ਨਰਸਿੰਗ ਦੇ ਲਈ ਸੀਟਸ ਭਰ ਜਾਂਦੀਆਂ ਨੇ। ਵੈਸੇ ਅਗਰ ਦੇਖਿਆ ਜਾਏ ਅੱਗੇ ਹਮੇਸ਼ਾ ਸਿਰਫ ਇੱਕ ਇਨਟੇਕ ਦੇ ਵਿੱਚ ਨਰਸਿੰਗ ਸਟੂਡੈਂਟਸ ਨੂੰ ਲਿਆ ਜਾਂਦਾ ਸੀ ਅਤੇ ਹੁਣ ਆਸਟ੍ਰੇਲੀਆ ਵੱਲੋਂ ਇੱਕ ਹੋਰ ਇਨਟੇਕ ਦੇ ਵਿੱਚ ਵੀ ਨਰਸਿੰਗ ਵਾਲੇ ਸਟੂਡੈਂਟਸ ਨੂੰ ਲਿਆ ਜਾ ਰਿਹਾ ਹੈ। ਅਤੇ ਤੁਸੀਂ ਅਗਰ ਨਰਸਿੰਗ ਦੇ ਵਿੱਚ ਅਪਲਾਈ ਕਰਨਾ ਚਾਹ ਰਹੇ ਹੋ ਔਰ ਹਾਲੇ ਤੱਕ ਸੋਚ ਹੀ ਰਹੇ ਹੋ ਤਾਂ ਫਿਰ ਜ਼ਰੂਰ ਅੱਜ ਦੀ ਵੀਡੀਓ ਸੁਣ ਲਓ, ਕਿਉਂਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਨਾਲ ਸੀਟਸ ਫਟਾਫਟ ਫੁੱਲ ਹੁੰਦੀਆਂ ਜਾ ਰਹੀਆਂ ਨੇ ਔਰ ਇਸ ਜਾਣਕਾਰੀ ਦੇ ਅਕੋਰਡਿੰਗਲੀ ਫਟਾਫਟ ਤੁਸੀਂ ਵੀ ਅਪਲਾਈ ਕਰੋ ਤਾਂ ਕਿ ਟਾਈਮਲੀ ਪੂਰਾ ਪ੍ਰੋਸੈਸ ਕੰਪਲੀਟ ਕਰਦੇ ਹੋਏ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕੋ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀ ਸਕੇਅਰ ਅਬਰਾਡ ਚੰਡੀਗੜ੍ਹ ਆਫਿਸ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਨੇ, ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਸੋ ਮਨਪ੍ਰੀਤ ਜੀ, ਅੱਜ ਦੀ ਵੀਡੀਓ ਵਿੱਚ ਆਪਾਂ ਨਰਸਿੰਗ ਵਾਲੇ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ ਔਰ ਜੋ ਮੈਂ ਜ਼ਿਕਰ ਸ਼ੁਰੂਆਤ ਦੇ ਵਿੱਚ ਕੀਤਾ ਹੈ ਕਿ ਜਿਵੇਂ ਹੀ ਕੁਛ ਯੂਨੀਵਰਸਿਟੀਜ਼ ਦੀ ਸੀਟਸ ਓਪਨ ਹੁੰਦੀ ਹੈ ਨਾਲ ਦੀ ਨਾਲ ਫੁੱਲ ਵੀ ਹੋ ਜਾਂਦੀਆਂ, ਇੰਨੀ ਤੇਜ਼ੀ ਆਖਿਰ ਆਸਟ੍ਰੇਲੀਆ ਵਿੱਚ ਕਿਉਂ ਦੇਖੀ ਜਾ ਰਹੀ ਹੈ ਔਰ ਸੀਟਸ ਨੂੰ ਲੈ ਕੇ ਵੀ ਕਲੈਰਿਟੀ ਜ਼ਰੂਰ ਦੇਣਾ ਕਿ ਕਿੰਨੀਆਂ ਕੁ ਸੀਟਸ ਅਵੇਲੇਬਲ ਨੇ, ਕਦੋਂ ਤੱਕ ਸਟੂਡੈਂਟ ਹਲੇ ਵੀ ਅਪਲਾਈ ਕਰ ਸਕਦੇ ਨੇ ਤਾਂ ਕਿ ਚੰਗੀ ਆਪਸ਼ਨ ਦੇ ਨਾਲ ਆਪਣੇ ਫਿਊਚਰ ਦੇ ਲਈ ਸਹੀ ਰਸਤਾ ਉਹ ਚੁਣ ਸਕਣ। ਜੀ ਹਰਜੋਤ ਮੈਮ, ਦੇਖੋ ਨਰਸਿੰਗ ਤਾਂ ਹਮੇਸ਼ਾ ਹੀ ਟ੍ਰੈਂਡ ਦੇ ਵਿੱਚ ਸੀਗਾ, ਬਟ ਹੁਣ ਕੁਛ ਟਾਈਮ ਤੋਂ ਜਦੋਂ ਤੋਂ ਕੈਨੇਡਾ ਦੇ ਵਿੱਚ ਸਿਖਾਈ ਹੋਈ ਹੈ ਔਰ ਬੱਚੇ ਬਹੁਤ ਮੂਵ ਕਰ ਗਏ ਆਸਟ੍ਰੇਲੀਆ ਦੇ ਵੱਲ ਔਰ ਇੱਕ ਪਲੱਸ ਪੁਆਇੰਟ ਆਸਟ੍ਰੇਲੀਆ 'ਚ ਇਹ ਹੈ ਕਿ ਮੈਥਸ ਇੱਕ ਮੈਂਡੇਟਰੀ ਸਬਜੈਕਟਸ ਨਹੀਂ ਹੈ BSc ਨਰਸਿੰਗ 'ਚ ਐਡਮਿਸ਼ਨ ਲੈਣ ਲਈ ਔਰ ਹਰ ਬੱਚੇ ਨੂੰ ਪਤਾ ਹੈ ਕਿ ਇਸ ਟਾਈਮ ਨਰਸਿੰਗ ਡਿਮਾਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ PR ਥੋੜ੍ਹੀ ਜਿਹੀ ਈਜ਼ੀ ਹੈ ਐਜ਼ ਕੰਪੇਰੇਟਿਵ ਟੂ ਅਦਰ ਕੋਰਸਿਸ, ਤਾਂ ਜਿੰਨੇ ਵੀ ਮੈਡੀਕਲ ਦੇ ਬੱਚੇ ਨੇ ਉਹ ਹਰ ਬੱਚਾ ਚਾਹ ਰਿਹਾ ਕਿ ਮੇਰੀ ਨਰਸਿੰਗ 'ਚ ਪਹਿਲਾਂ ਐਡਮਿਸ਼ਨ ਹੋ ਜਾਵੇ। ਬੱਚਾ ਦੋ ਦੋ ਤਿੰਨ ਤਿੰਨ ਵਾਰੀ ਆਇਲਸ ਬੱਚੇ ਰਿਪੀਟ ਕਰਕੇ ਦੇ ਰਿਹਾ ਕਿ ਸਾਡੇ 7 ਈਚ ਆ ਜਾਣ, ਅਗਰ ਕਿਸੇ ਦੇ ਕਿਸੇ ਮੋਡਿਊਲ 'ਚ ਸਕੋਰ ਘੱਟ ਵੀ ਰਹਿ ਜਾਂਦੇ ਆ ਤਾਂ ਬੱਚੇ ਰੈਦਰ ਦੈਨ ਅਪਲਾਈਂਗ ਇਨ ਹੈਲਥ ਸਾਇੰਸ ਜਾਂ ਅਦਰ ਕੋਰਸਿਸ 'ਚ, ਉਹਨਾਂ ਦੀ ਫਸਟ ਪ੍ਰਾਇਓਰਿਟੀ ਹੈ ਕਿ ਇੱਕ ਵਾਰੀ ਹੋਰ ਟਰਾਈ ਕਰ ਲਈ ਆਇਲਸ ਦਾ ਐਗਜ਼ਾਮ ਦੇ ਕੇ। ਅਗਰ 7 ਈਚ ਆ ਜਾਂਦੇ ਆ ਨਰਸਿੰਗ 'ਚ ਐਡਮਿਸ਼ਨ ਹੋ ਜਾਂਦੀ ਆ ਤਾਂ ਥੋੜ੍ਹਾ ਈਜ਼ੀ ਹੋ ਜਾਏਗਾ ਅੱਗੇ PR ਦੇ ਪ੍ਰੋਸਪੈਕਟਿਵਸ ਦੇ ਨਾਲ। ਮੈਨੂੰ ਲੱਗਦਾ ਕਿ ਸੀਟਸ ਜੇ ਤੁਸੀਂ ਜਿੱਦਾਂ ਗੱਲ ਕੀਤੀ ਕਿ ਸੀਟਸ ਫਿੱਲ ਹੁੰਦੀਆਂ ਜਾ ਰਹੀਆਂ, ਸੀਟਸ ਵਾਕਿਆ ਹੀ ਹਰਜੋਤ ਮੈਮ ਕੁਛ ਯੂਨੀਵਰਸਿਟੀ ਦੇ ਵਿੱਚ ਤਾਂ 6-6, 7-7 ਸੀਟਾਂ ਹੀ ਬਚੀਆਂ ਨੇ। ਕੁਛ ਯੂਨੀਵਰਸਿਟੀਜ਼ ਹੈ ਜਿਨ੍ਹਾਂ ਦੇ ਰੀਜਨਲ ਕੈਂਪਸਿਸ ਹੈ ਜਾਂ ਉਹਨਾਂ ਦੇ ਕੋਲ 2 ਤੋਂ ਜ਼ਿਆਦਾ ਕੈਂਪਸਿਸ ਆ, ਉਹਨਾਂ ਕੋਲ ਫਿਰ ਵੀ ਸੀਟਸ ਅਵੇਲੇਬਲ ਹੈ, ਬਟ ਜਿਸ ਹਿਸਾਬ ਨਾਲ ਸਾਡੇ ਕੋਲ ਇਨਕੁਆਇਰੀਜ਼ ਆ ਰਹੀਆਂ ਨਰਸਿੰਗ ਦੀਆਂ, ਮੈਨੂੰ ਲੱਗਦਾ ਬਹੁਤ ਜਲਦੀ ਇਹ ਸਾਰੀਆਂ ਸੀਟਸ ਵੀ ਫਿੱਲ ਹੋ ਜਾਣਗੀਆਂ। ਤਾਂ ਜਿਹੜੇ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਜਨਵਰੀ ਇਨਟੇਕ ਦੇ ਵਿੱਚ, ਉਹਨਾਂ ਸਾਰੇ ਬੱਚਿਆਂ ਨੂੰ ਮੈਂ ਇਹੀ ਕਹੂੰਗਾ ਕਿ ਤੁਸੀਂ ਆਪਣਾ ਜਲਦੀ ਤੋਂ ਜਲਦੀ ਡਾਕੂਮੈਂਟਸ ਲੈ ਕੇ ਆਓ ਆਪਣੀ ਐਪਲੀਕੇਸ਼ਨ। ਅਗਰ ਤੁਸੀਂ ਇਹ ਸੋਚ ਰਹੇ ਹੋ ਕਿ ਕੋਈ ਗੱਲ ਨਹੀਂ ਸਾਡੇ ਬੈਂਡਸ ਹੈਗੇ ਆ ਜਾਂ ਅਸੀਂ ਪਹਿਲਾਂ ਫਾਈਨੈਂਸ਼ੀਅਲਸ ਰੈਡੀ ਕਰ ਲਈਏ ਫਿਰ ਅਸੀਂ ਅਪਲਾਈ ਕਰਾਂਗੇ ਸੀਟ ਤਾਂ ਮਿਲ ਜਾਣੀ ਹੈ, ਤਾਂ ਤੁਸੀਂ ਬਿਲਕੁਲ ਗਲਤ ਹੋ। ਪਹਿਲਾਂ ਆਪਣੀ ਐਪਲੀਕੇਸ਼ਨ ਅਪਲਾਈ ਕਰ ਦਿਓ, ਐਟਲੀਸਟ ਆਪਣੀ ਸੀਟ ਬੁੱਕ ਕਰ ਲਓ, ਫਿਰ ਤੁਸੀਂ ਆਪਣੇ ਫਾਈਨੈਂਸ਼ੀਅਲਸ ਨੂੰ ਸਾਈਮਲਟੇਨੀਅਸਲੀ ਅਰੇਂਜ ਕਰਦੇ ਰਹੋ ਤਾਂ ਜੋ ਤੁਸੀਂ ਇਨਟੇਕ ਨੂੰ ਮਿਸ ਨਾ ਕਰ ਜਾਓ। ਅਗਰ ਇੱਕ ਹੋਰ ਚੀਜ਼ ਮੈਂ ਦੱਸਣੀ ਚਾਹੂੰਗਾ, ਨਰਸਿੰਗ ਦੇ ਵਿੱਚ ਆਫਰ ਲੈਟਰ ਮਿਲਣਾ ਇਜ਼ ਨੋਟ ਦਾ ਸ਼ਿਓਰਿਟੀ ਕਿ ਤੁਹਾਡੀ ਐਡਮਿਸ਼ਨ ਹੋ ਗਈ ਹੈ, ਕਿਉਂਕਿ ਨਰਸਿੰਗ ਇੱਕ ਇੱਦਾਂ ਦਾ ਕੰਪੀਟੀਟਿਵ ਕੋਰਸ ਹੈ ਜਿਹਦੇ ਵਿੱਚ ਯੂਨੀਵਰਸਿਟੀ ਜਦੋਂ ਤੁਹਾਡੀ ਫੀਸ ਡਿਪੋਜ਼ਿਟ ਹੁੰਦੀ ਹੈ ਉਦੋਂ ਹੀ ਆਪਣੀ ਸੀਟ ਨੂੰ ਬੁੱਕ ਮੰਨਦੇ ਹੋ, ਤਾਂ ਤੁਸੀਂ ਇਹ ਚੈਲੰਜ ਵੀ ਨਹੀਂ ਕਰ ਸਕਦੇ ਯੂਨੀਵਰਸਿਟੀ ਨੂੰ ਕਿ ਮੇਰੇ ਕੋਲ ਤਾਂ ਆਫਰ ਲੈਟਰ ਸੀਗੀ, ਤੁਸੀਂ ਮੇਰੀ ਰਿਵੋਕ ਕਿੱਦਾਂ ਕਰਤੀ ਸੀਟ, ਕਿ ਮੇਰੇ ਕੋਲ ਤਾਂ ਆਫਰ ਸੀਗੀ, ਤੁਸੀਂ ਮੈਨੂੰ ਇਹ ਕਿੱਦਾਂ ਕਹਿ ਰਹੇ ਹੋ ਕਿ ਹੁਣ ਤੁਹਾਡੀ ਐਡਮਿਸ਼ਨ ਨਹੀਂ ਹੋ ਸਕਦੀ। ਇਸ ਕਰਕੇ ਅਗਰ ਕੋਈ ਵੀ ਬੱਚਾ ਅਪਲਾਈ ਕਰਨਾ ਚਾਹੁੰਦਾ, ਫਟਾਫਟ ਆ ਕੇ ਪਹਿਲਾਂ ਆਪਣੀ ਐਪਲੀਕੇਸ਼ਨ ਅਪਲਾਈ ਕਰਕੇ ਨਾਲ ਦੀ ਨਾਲ ਫਾਈਨੈਂਸ਼ੀਅਲਸ ਰੈਡੀ ਰੱਖੋ ਅਗਰ ਨਰਸਿੰਗ ਦੇ ਵਿੱਚ ਜਾਣਾ, ਕਿਉਂਕਿ ਨਰਸਿੰਗ ਦੀ ਸੀਟ ਉਦੋਂ ਹੀ ਬੁੱਕ ਮੰਨੀ ਜਾਂਦੀ ਹੈ ਜਦੋਂ ਉਹਦੀ ਫੀਸ ਯੂਨੀਵਰਸਿਟੀ ਨੂੰ ਚਲੀ ਜਾਂਦੀ ਹੈ। ਜੀ ਜੀ ਬਿਲਕੁਲ। ਅਤੇ ਜਿਵੇਂ ਤੁਸੀਂ ਜੈਨ ਇਨਟੇਕ ਕਿਹਾ, ਉਸ ਤੋਂ ਇਲਾਵਾ ਹੋਰ ਕਿਹੜਾ ਇਨਟੇਕ ਹਲੇ ਵੀ ਅਵੇਲੇਬਲ ਹੋ ਸਕਦਾ ਸਟੂਡੈਂਟਸ ਨੂੰ? ਦੇਖੋ ਬਹੁਤ ਯੂਨੀਵਰਸਿਟੀਜ਼ ਹੁਣ ਜੁਲਾਈ ਇਨਟੇਕ ਨੂੰ ਪਲਾਨ ਕਰ ਰਹੀਆਂ ਨੇ,
ਠੀਕ ਹੈ ਜੀ, ਕੱਲ੍ਹ ਵੀ ਸਾਡੀ ਇੱਕ ਯੂਨੀਵਰਸਿਟੀ ਸਾਡੇ ਕੋਲ ਆਏ ਹੋਏ ਸੀਗੇ, ਉਹਨਾਂ ਦੇ ਰਿਪ੍ਰਜੈਂਟੇਟਿਵਸ, ਉਹ ਵੀ ਜੁਲਾਈ ਦੇ ਵਿੱਚ ਸਟਾਰਟ ਕਰ ਰਹੇ ਆ। ਦੈਟ ਮੀਨਸ ਕਿ ਨਰਸਿੰਗ ਦੀ ਡਿਮਾਂਡ ਨੂੰ ਦੇਖਦੇ ਹੋਏ ਔਰ ਨਰਸਿਸ ਦੀ ਡਿਮਾਂਡ ਨੂੰ ਦੇਖਦੇ ਹੋਏ ਹਾਈ ਕਮਿਸ਼ਨ ਔਰ ਯੂਨੀਵਰਸਿਟੀਜ਼ ਔਰ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਇਹ ਲੱਗ ਰਿਹਾ ਕਿ ਸਾਨੂੰ ਹੋਰ ਸਟਾਫ ਦੀ ਲੋੜ ਹੈ ਜਾਂ ਹੋਰ ਨਰਸਿਸ ਦੀ ਲੋੜ ਹੈ। ਦੈਟਸ ਵਾਈ ਦੇ ਆਰ ਪਲੈਨਿੰਗ ਟੂ ਸਟਾਰਟ ਨਿਊ ਇਨਟੇਕਸ। ਦੇਖੋ, ਵਿਦਆਊਟ ਹਾਈ ਕਮਿਸ਼ਨ ਜਾਂ ਗੌਰਮੈਂਟ ਦੀ ਪਰਮਿਸ਼ਨ ਤੋਂ ਤਾਂ ਸੀਟਾਂ ਆ ਨਹੀਂ ਜਾਣਗੀਆਂ। ਦੈਟ ਮੀਨਸ ਐਵਰੀਬਡੀ ਵਾਂਟਸ ਕਿ ਨਰਸਿਸ ਹੋਰ ਆਉਣ ਸਾਡੇ ਕੰਟਰੀ ਦੇ ਵਿੱਚ। ਇਸ ਕਰਕੇ ਜੁਲਾਈ ਇਨਟੇਕ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਜੁਲਾਈ ਦੇ ਵਿੱਚ ਵੀ ਸੀਟਸ ਓਪਨ ਹੋਣਗੀਆਂ। ਬਟ ਜਿਹੜੀ ਚੀਜ਼ ਹਜੇ ਸਾਡੇ ਹੱਥ ਦੇ ਵਿੱਚ ਹੈ ਉਹ ਹੈ ਜਨਵਰੀ ਇਨਟੇਕ। ਸੋ ਮੈਂ ਇਹੀ ਬੱਚਿਆਂ ਨੂੰ ਕਹੂੰਗਾ ਕਿ ਤੁਸੀਂ ਜੁਲਾਈ ਨੂੰ ਹਜੇ ਭੁੱਲ ਜਾਓ, ਉਹ ਸੀਟਸ ਆਉਣ ਨਾਲ ਬਾਅਦ ਦੀ ਗੱਲ ਹੈ। ਬਟ ਤੁਸੀਂ ਜਨਵਰੀ ਇਨਟੇਕ ਦੇ ਵਿੱਚ ਜਿੰਨੀਆਂ ਵੀ ਸੀਟਸ ਹੈ ਉਹਦੇ 'ਚ ਕੋਸ਼ਿਸ਼ ਕਰੋ ਆਪਣੀ ਐਡਮਿਸ਼ਨ ਕਰਵਾਉਣ ਦੀ ਔਰ ਆਪਣਾ ਵੀਜ਼ਾ ਲੈਣ ਦੀ। ਜੀ ਬਿਲਕੁਲ, ਸੋ ਜ਼ਰੂਰ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ। ਇਸ ਟਾਈਮ ਇੱਕ ਗੋਲਡਨ ਪੀਰੀਅਡ ਹਮੇਸ਼ਾ ਹੀ ਵੈਸੇ ਹੁੰਦਾ। ਹੁਣ ਦੇਖੋ ਆਪਾਂ ਜਨ ਇਨਟੇਕ ਦੀ ਗੱਲ ਕਰ ਰਹੇ ਹਾਂ, ਜੁਲਾਈ ਇਨਟੇਕ ਵਿੱਚ ਵੀ ਹੋਰ ਸੀਟਸ ਅਵੇਲੇਬਲ ਹੋ ਸਕਦੀਆਂ ਨੇ, ਤਾਂ ਸਟੂਡੈਂਟ ਜ਼ਰੂਰ ਟਾਈਮਲੀ। ਦੇਖੋ ਜੋ ਅਸੀਂ ਵਾਰ ਵਾਰ ਗੱਲ ਕਰ ਰਹੇ ਹਾਂ, ਜਿਵੇਂ ਹੀ ਯੂਨੀਵਰਸਿਟੀਜ਼ ਦੀ ਸੀਟ ਓਪਨ ਹੁੰਦੀ ਹੈ ਨਾਲ ਦੀ ਨਾਲ ਫਿਲ ਹੁੰਦੀਆਂ ਜਾ ਰਹੀਆਂ ਨੇ, ਸੋ ਜ਼ਰੂਰ ਟਾਈਮਲੀ ਚੰਗੀ ਆਪਸ਼ਨ ਦੇ ਲਈ ਪੂਰਾ ਪ੍ਰੋਸੈਸ ਟਾਈਮਲੀ ਤੁਹਾਨੂੰ ਸ਼ੁਰੂ ਕਰਨਾ ਪਏਗਾ ਹੀ, ਤਾਂ ਕਿ ਟਾਈਮਲੀ ਤੁਸੀਂ ਆਪਣਾ ਵੀਜ਼ਾ ਵੀ ਹਾਸਲ ਕਰ ਸਕੋ। ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ, ਪੂਰੀ ਇਨਫੋਰਮੇਸ਼ਨ ਤੁਸੀਂ ਸਾਂਝੀ ਕੀਤੀ ਹੈ। ਸਾਡੀ ਆਡੀਅੰਸ ਵਿੱਚੋਂ, ਦਰਸ਼ਕਾਂ ਵਿੱਚੋਂ, ਸਟੂਡੈਂਟਸ ਵਿੱਚੋਂ ਕਿਸੇ ਦਾ ਵੀ ਕੋਈ ਸਵਾਲ ਹੋਵੇ ਮਨ ਦੇ ਵਿੱਚ, ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਸਟੱਡੀ ਸਕੇਅਰ ਅਬਰਾਡ ਦਾ, ਇਸ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਲਓ, ਜਾਂ ਫਿਰ ਇਹਨਾਂ ਦੇ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਆਪਣੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਉਣਾ, ਤਾਂ ਕਿ ਅਸੈਸਮੈਂਟ ਕਰਕੇ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ। ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ ਮੈਮ।